ਅੱਜਕੱਲ ਤਾਂ ਤਵੇ ਵੀ ਕਹਿੰਦੇ ਉਹ ਮਿੱਟੀ ਦੇ ਆ ਗਏ। ਹਾਂਜੀ, ਤਾਂ ਉਹਨਾਂ ਦੇ ਵਿੱਚ ਕੀ ਖਾਸੀਅਤ ਹੈ? ਵੀ ਸਰਦੀਆਂ 'ਚ ਨੁਕਸਾਨ ਜ਼ਿਆਦਾ ਹੁੰਦਾ, ਹੁਣ ਉਸੇ ਕਰਕੇ ਅਸੀਂ ਨਾ ਬੱਦਲ ਯਾਨੀ ਕਿ ਧੁੱਪ ਧੁੱਪ ਨਹੀਂ ਹੈਗੀ, ਉਹਦੇ ਕਰਕੇ ਅਸੀਂ ਹੁਣ ਭਾਂਡੇ ਦਾ ਕੰਮ ਛੱਡਣ ਲੱਗੇ 2-2.5 ਮਹੀਨੇ ਕੜਾ ਜਿਹੜਾ ਲਾਲ ਹੋ ਇਹਦੇ ਨਾਲ ਲਾਲ ਹੋ ਜਾਂਦਾ ਜੇ ਇਹਨੂੰ ਨਾ ਫੇਰਾਂਗੇ ਸਿੰਪਲ ਜਿਵੇਂ ਲਾਗੇ ਕੜਾ। ਹਾਂਜੀ, ਪਰ ਕੱਚਾ ਕੜਾ ਤੁੜਦਾ ਨਾ ਜਦੋਂ ਨੁਕਸ ਸਾਨੂੰ ਦੁੱਖ ਤੇ ਬੜਾ ਹੁੰਦਾ ਹੈ। ਇੱਥੋਂ ਦੀ ਮਿੱਟੀ ਦਾ ਫਰਕ ਤਾਂ ਹੈਗਾ, ਜਿਵੇਂ ਉਹ ਸਾਰਾ ਹਾਂ ਫਰਕ ਫਰਕ ਹੈਗਾ ਜੀ। ਤਾਂ ਫਿਰ ਟੇਸਟ ਜ਼ਿਆਦਾ ਪੰਜਾਬ ਦੀ ਮਿੱਟੀ ਦਾ ਜਾਂ ਉਹ ਫੈਂਸੀ ਫੈਂਸੀ ਤਾਂ ਹੈਗਾ ਹੀ ਆ ਪਰ ਨੁਕਸਾਨ ਕਰਦੇ ਆ। ਸੋ ਜੇ ਹੁਣ ਗੱਲ ਕਰੀਏ ਆਪਾਂ ਘੜੇ ਦੇ ਬੇਸ ਦੀ, ਆਖਰ ਮਿੱਟੀ ਕਿਵੇਂ ਤਿਆਰ ਹੁੰਦੀ ਹੈ? ਤਾਂ ਪਹਿਲਾਂ ਮਿੱਟੀ ਨੂੰ ਲਿਆ ਜਾਂਦਾ ਜੀ, ਔਰ ਮਿੱਟੀ ਨੂੰ ਡੰਡਿਆਂ ਦੇ ਨਾਲ ਬਰੀਕ ਕੀਤਾ ਜਾਂਦਾ। ਬਰੀਕ ਕਰਨ ਤੋਂ ਬਾਅਦ ਤੁਸੀਂ ਇੱਧਰ ਦੇਖ ਸਕਦੇ ਹੋ ਵੀ ਇਹਦੇ 'ਚ ਮਿੱਟੀ ਪਾਈ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਮੈਂ ਤੁਹਾਡਾ ਆਪਣਾ ਗੁਰਚੇਤ ਸਿੰਘ ਔਰ ਦੋਸਤੋ ਅੱਜ ਇੱਕ ਅਜਿਹੀ ਜਗ੍ਹਾ 'ਤੇ ਪਹੁੰਚੇ ਹਾਂ ਜਿਹੜੀ ਆਪਣੇ ਪੁਰਾਣੇ ਵਿਰਸੇ ਨਾਲ ਆਪਾਂ ਨੂੰ ਜੋੜਦੀ ਆ। ਸੋ ਆਪਾਂ ਸੋਚਦੇ ਹਾਂ ਵੀ ਹੁਣ ਵੀ ਡਾਕਟਰਾਂ ਨੇ ਜਦੋਂ ਕਿਸੇ ਡਾਕਟਰ ਕੋਲ ਜਾਈਏ ਜੀ ਸਾਨੂੰ ਆਹ ਪ੍ਰੋਬਲਮ ਹੈ ਜੀ, ਸਾਨੂੰ ਲੀਵਰ ਦੀ ਪ੍ਰੋਬਲਮ ਹੈ ਜੀ, ਸਾਨੂੰ ਆ, ਤਾਂ ਉਹ ਇੱਕ ਤੁਹਾਨੂੰ ਸੁਝਾਅ ਦਿੰਦਾ ਹੁੰਦਾ, ਇੱਕ ਸੁਜੈਸ਼ਨ ਦਿੰਦਾ ਹੁੰਦਾ ਵੀ ਤੁਸੀਂ ਮਿੱਟੀ ਦੇ ਭਾਂਡੇ ਦੇ ਵਿੱਚ ਚੀਜ਼ ਖਾਓ। ਸੋ ਅੱਜ ਉਸੇ ਹੀ ਜਗ੍ਹਾ 'ਤੇ ਮੌਜੂਦ ਹਾਂ ਵੀ ਆਖਰ ਜਿੱਥੇ ਮਿੱਟੀ ਦੇ ਭਾਂਡੇ ਬਣਦੇ ਨੇ ਕਿਵੇਂ ਬਣਦੇ ਨੇ, ਔਰ ਇਹਦੇ 'ਚ ਕੀ ਖਾਸੀਅਤ ਹੁੰਦੀ, ਕਿਹੜੀ ਮਿੱਟੀ ਦੇ ਬਣਦੇ ਨੇ, ਪਕਾਏ ਕਿਵੇਂ ਜਾਂਦੇ ਆ, ਔਰ ਇਹਨਾਂ ਦੀਆਂ ਖਾਸੀਅਤਾਂ ਕੀ ਹੁੰਦੀਆਂ। ਸੋ ਡਾਕਟਰ ਵੀ ਅੱਜ ਕੱਲ੍ਹ ਇਹੀ ਸਲਾਹ ਦਿੰਦੇ ਨੇ, ਸੋ ਇਸੇ ਕਰਕੇ ਅੱਜ ਤੁਹਾਨੂੰ ਉਹ ਚੀਜ਼ ਦਿਖਾਉਣ ਲਈ ਪਹੁੰਚੇ ਹਾਂ। ਤਾਂ ਪਹਿਲਾਂ ਇੱਧਰਲੀ ਸਾਈਡ ਦੀ ਤਸਵੀਰ ਮੈਂ ਦਿਖਾਊਂਗਾ ਵੀ ਇੱਥੇ ਜਿਹੜੀ ਆ ਜਿਹਨੂੰ ਕਹਿੰਦੇ ਵੀ ਹਵਾ ਪੱਕ ਕੇ ਜਿਹਦੇ ਵਿੱਚ ਘੜੇ ਤਿਆਰ ਹੁੰਦੇ ਨੇ, ਸੋ ਇੱਧਰ ਜਿਹੜੇ ਕੱਚੇ ਘੜੇ ਪਏ ਨੇ, ਔਰ ਕਿਵੇਂ ਸਾਰਾ ਕੁਝ ਡਿਜ਼ਾਈਨ ਕਿਵੇਂ ਪੈਂਦੇ ਨੇ ਅੱਜ ਕੱਲ੍ਹ। ਜਿਵੇਂ ਪਹਿਲਾਂ ਤਾਂ ਸਿੰਪਲ ਘੜੇ ਚੱਲਦੇ ਹੁੰਦੇ ਸੀ, ਬਸ ਰੈੱਡ ਕਲਰ ਦਾ ਘੜਾ ਹੁੰਦਾ ਸੀ ਔਰ ਉਹਦੇ ਉੱਪਰ ਢੱਕਣ ਦਿੱਤਾ ਹੁੰਦਾ ਸੀ, ਤਾਂ ਉਹਨਾਂ ਦੇ ਵਿੱਚ ਪਾਣੀ ਲੋਕ ਪੀਂਦੇ ਹੁੰਦੇ ਅਤੇ ਉਹ ਪਾਣੀ ਵੀ ਇੰਨਾ ਕੁ ਜ਼ਿਆਦਾ ਵਧੀਆ ਹੁੰਦਾ ਸੀ, ਬਿਮਾਰੀਆਂ ਤੋਂ ਦੂਰ ਹੁੰਦਾ ਸੀ। ਤਾਂ ਅੱਜ ਕੱਲ੍ਹ ਹੁਣ ਡਾਕਟਰ ਵੀ ਇਹੀ ਸੁਝਾਅ ਦੇਣ ਲੱਗੇ ਵੀ ਤੁਸੀਂ ਮਿੱਟੀ ਦੇ ਭਾਂਡੇ ਯੂਜ਼ ਕਰੋ, ਰੋਟੀ ਵੀ ਉਹਨਾਂ 'ਚ ਖਾਓ, ਖਾਓ ਵੀ ਚਾਹ ਵੀ ਉਹਦੇ 'ਚ ਪੀਓ। ਸੋ ਆਖਰ ਉਹ ਚੀਜ਼ਾਂ ਤਿਆਰ ਕਿਵੇਂ ਹੁੰਦੀਆਂ, ਸੋ ਅੱਜ ਬਾਈ ਹੁਣੀ ਜਿਹੜੇ ਤਿਆਰ ਕਰਦੇ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸੋ ਪਹਿਲਾਂ ਤਾਂ ਮੈਂ ਤਸਵੀਰਾਂ ਦਿਖਾਊਂਗਾ, ਤਾਂ ਕਿਵੇਂ ਤੁਸੀਂ ਦੇਖ ਸਕਦੇ ਵੀ ਪਹਿਲਾਂ ਮਿੱਟੀ ਦਾ ਘੜਾ ਬਣਾਇਆ ਔਰ ਉਸ ਤੋਂ ਬਾਅਦ ਉਹਨੂੰ ਪਕਾ ਕੇ ਕਲਰ ਕੀਤਾ, ਔਰ ਕਲਰ ਕਰਨ ਤੋਂ ਬਾਅਦ ਇੱਧਰ ਤੁਸੀਂ ਦੇਖ ਸਕਦੇ ਜਿਹਨਾਂ ਦੇ ਵਿੱਚੋਂ ਘੜੇ ਪੱਕ ਕੇ ਤਿਆਰ ਹੋਏ। ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਧਰੋਂ ਆ ਕੇ ਥੋੜ੍ਹਾ ਜਿਹਾ ਜ਼ੂਮ ਕਰਕੇ ਜ਼ਰੂਰ ਦਿਖਾਵੇ ਤਸਵੀਰ ਵੀ, ਆਖਰ ਇਹ ਘੜੇ ਬਣਦੇ ਕਿਵੇਂ ਨੇ ਔਰ ਪੱਕਦੇ ਕਿਵੇਂ। ਤਾਂ ਤੁਸੀਂ ਦੇਖ ਸਕਦੇ ਵੀ ਪਹਿਲਾਂ ਜਿਹੜੇ ਘੜੇ ਥੱਲੇ ਲਾਏ ਹੋਏ ਔਰ ਉਹਨੂੰ ਉਸ ਤੋਂ ਬਾਅਦ ਕਿਵੇਂ ਕਵਰ ਕੀਤਾ, ਕਿਵੇਂ ਸਾਰੀਆਂ ਘੜਾ ਪੱਕਦਾ ਹੈ, ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਬਾਈ ਹੁਣਾਂ ਦੇ ਨਾਲ ਕਰਾਂਗੇ। ਸੋ ਬਾਈ ਜੀ, ਸਤਿ ਸ਼੍ਰੀ ਅਕਾਲ। ਹੋਰ ਸਿਹਤ ਕਿਵੇਂ ਨੇ ਜੀ? ਵਧੀਆ ਜੀ। ਪਹਿਲਾਂ ਤਾਂ ਵੀ ਥੋੜ੍ਹਾ ਜਿਹਾ ਤੁਹਾਡੇ ਪਿਛੋਕੜ ਬਾਰੇ ਜਾਣੂੰਗਾ, ਹੈ ਨਾ ਵੀ ਤੁਸੀਂ ਸਾਰੇ ਘਰ ਇੱਥੇ ਇਹੀ ਕੰਮ ਕਰਦੇ ਹੋ, ਆਖਰ ਤੁਹਾਡਾ ਜੰਮਪਲ ਕਿੱਥੋਂ ਦਾ, ਪੁਰਾਣੇ ਬਜ਼ੁਰਗ ਕਿੱਥੋਂ ਆਏ? ਹਾਂਜੀ, ਇਹ ਪਹਿਲਾਂ ਤਾਂ 4-5 ਘਰ ਹੈਗੇ, ਉਹ ਪਾਕਿਸਤਾਨ ਦੇ ਵਸਨੀਕ ਹੈਗੇ ਸੀ, ਫਿਰ ਖੇਮ ਕਰਨ ਆਏ, ਖੇਮ ਕਰਨ ਤੋਂ ਫਿਰ ਤਰਨ ਤਾਰਨ ਜਿੱਥੇ ਕਾਰੋਬਾਰ ਚੱਲਦਾ ਉੱਥੇ ਫਿਰ ਜਾਣਾ ਪੈਂਦਾ, ਅਤੇ ਬਾਕੀ ਘਰ ਹੈਗੇ ਹਰਿਆਣੇ ਤੋਂ, ਹਰਿਆਣੇ ਤੋਂ ਯਾਨੀ ਕਿ ਉਹਨਾਂ ਉੱਥੇ ਇੰਨਾ ਕੰਮ ਨਹੀਂ ਹੈਗਾ, ਪੰਜਾਬ 'ਚ ਭਾਂਡਿਆਂ ਦਾ ਚੱਲ ਵਧੀਆ ਕੰਮ ਹੈਗਾ ਅਤੇ ਇੱਥੇ ਵਧੀਆ ਗੁਜ਼ਾਰਾ ਹੋ ਰਿਹਾ। ਅਤੇ ਹੁਣ ਬਈ ਜਿਵੇਂ ਆਪਾਂ ਮਿੱਟੀ ਦੇ ਭਾਂਡੇ ਦਾ ਜ਼ਿਕਰ ਕਰਦੇ ਨੇ, ਸਟਾਰਟਿੰਗ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਵੀ ਮਿੱਟੀ ਦੇ ਭਾਂਡੇ, ਹੁਣ ਡਾਕਟਰ ਸੁਝਾਅ ਦੇਣ ਲੱਗ ਗਏ, ਸਲਾਹ ਦੇਣ ਲੱਗ ਗਏ ਵੀ ਮਿੱਟੀ ਦੇ ਭਾਂਡੇ ਯੂਜ਼ ਕਰੋ। ਤਾਂ ਆਖਰ ਜਿਵੇਂ ਪਹਿਲਾਂ ਦਾ ਜ਼ਿਕਰ ਕਰੀ, ਹੈ ਨਾ ਵੀ ਪਹਿਲਾਂ ਜਿਵੇਂ ਤੁਹਾਡੇ ਬਜ਼ੁਰਗ ਮਿੱਟੀ ਦੇ ਭਾਂਡੇ ਬਣਾਉਂਦੇ ਉਦੋਂ ਸੇਲ ਬਹੁਤ ਵਧੀਆ ਹੁੰਦੀ ਹੋਊਗੀ, ਹੁਣ ਤੁਹਾਡੀ ਸੇਲ ਦਾ ਵੀ ਫਰਕ ਪਿਆ ਹੋਊਗਾ? ਹਾਂਜੀ, ਕਿ ਹੁਣ ਲੋਕ ਹਰ ਇੱਕ ਚਾਹੁੰਦਾ ਕਿ ਮੈਂ ਜਿਹੜੇ ਮਾਡਰਨ ਭਾਂਡੇ ਨੇ, ਫੈਂਸੀ ਭਾਂਡੇ ਨੇ, ਇੱਕ ਤਾਂ ਹੌਲੇ ਹੁੰਦੇ ਨੇ, ਘਰ ਦੇ ਵਿੱਚ ਪਿਆ ਵੀ ਸੋਹਣਾ ਲੱਗਦਾ, ਮਿੱਟੀ ਦਾ ਭਾਂਡਾ ਕਿੱਥੇ ਰੱਖਾਂਗੇ, ਅਜੀਬ ਜਿਹਾ ਲੱਗੂਗਾ, ਤਾਂ ਕਿਵੇਂ ਤੁਹਾਡੇ ਕਾਰੋਬਾਰ 'ਤੇ ਦਾ ਪ੍ਰਭਾਵ ਕਿਵੇਂ ਪਿਆ? ਜੀ ਹੁਣ ਸਾਡੇ ਬਜ਼ੁਰਗ ਦੱਸਦੇ ਹੁੰਦੇ ਆ ਵੀ ਪਹਿਲਾਂ ਘੜੇ ਹਰ ਇੱਕ ਚੀਜ਼ 'ਚ ਵਰਤਦੇ ਹੁੰਦੇ ਸੀ, ਗੁੜ ਰੱਖਦੇ ਹੁੰਦੇ ਸੀ, ਨੂਣ ਰੱਖਦੇ ਹੁੰਦੇ ਸੀ, ਆਟਾ ਘੜਿਆਂ 'ਚ ਰੱਖਦੇ ਹੁੰਦੇ, ਵੱਡੇ ਵੱਡੇ ਘੜੇ ਹੁੰਦੇ ਸੀ ਉਹਨਾਂ 'ਚ ਰੱਖਦੇ ਹੁੰਦੇ ਸੀ। ਅਤੇ ਹੁਣ ਜਿੱਦਾਂ ਜਿੱਦਾਂ ਦੌਰ ਬਦਲਦਾ ਗਿਆ, ਆਟੇ ਦੀ ਟੈਂਕੀ ਆ ਗਈ, ਖੰਡ ਦਾ ਹੋਰ ਪਲਾਸਟਿਕ ਸਮਾਨ ਆ ਗਿਆ, ਅਤੇ ਉਸ ਹਿਸਾਬ ਨਾਲ ਬਿਮਾਰੀਆਂ ਵੀ ਵੱਧਦੀਆਂ ਗਈਆਂ। ਅਤੇ ਹੁਣ ਯਾਨੀ ਕਿ ਪੜ੍ਹੇ ਲਿਖੇ ਇਨਸਾਨ ਆ ਗਏ, ਹੁਣ ਯਾਨੀ ਕਿ ਪੜ੍ਹੀ ਲਿਖੀ ਜਨਰੇਸ਼ਨ ਆ ਗਈ, ਹੁਣ ਉਹ ਸਾਡਾ ਯਾਨੀ ਕਿ ਕੰਮ ਫਿਰ ਦੁਬਾਰਾ ਤੋਂ ਯਾਨੀ ਕਿ ਚੱਲ ਚੁੱਕਾ ਜੀ, ਯਾਨੀ ਕਿ ਘੜਾ, ਡਾਕਟਰਾਂ ਨੇ ਜਿੱਦਾਂ ਬਿਮਾਰੀਆਂ ਹੁਣ ਵੱਧ ਗਈਆਂ, ਘੜੇ ਦਾ ਪਾਣੀ ਅਸੀਂ ਵੀ ਘੜੇ ਦਾ ਹੁਣ ਤੱਕ ਪਾਣੀ ਪੀਂਦੇ ਜੀ, ਅਤੇ ਘੜੇ ਦਾ ਪਾਣੀ ਪੀਣਾ ਵੀ ਸਹੀ ਆ। ਅਤੇ ਹੁਣ ਦਾਲ ਵੀ ਬਣਾਉਣੀ, ਸਬਜ਼ੀ ਬਣਾਉਣੀ, ਆਹ ਕੁੱਜੇ ਹੈਗੇ ਆ, ਇਹ ਦਾਲ ਵਾਸਤੇ ਆ, ਦਹੀਂ ਵਾਸਤੇ ਆ, ਯਾਨੀ ਕਿ ਇਹਨਾਂ ਦਾ ਟੇਸਟ ਬਦਲ ਜਾਂਦਾ ਇਹਦੇ ਵਿੱਚ। ਅੱਜ ਕੱਲ੍ਹ ਤਾਂ ਤਵੇ ਵੀ ਕਹਿੰਦੇ ਉਹ ਮਿੱਟੀ ਦੇ ਆ ਗਏ। ਹਾਂਜੀ,
ਤਾਂ ਉਹਨਾਂ ਦੇ ਵਿੱਚ ਕੀ ਖਾਸੀਅਤ ਹੈ? ਮਿੱਟੀ ਦੇ ਤਵੇ 'ਚ ਯਾਨੀ ਕਿ ਖਾਸੀਅਤ ਹੈਗੀ ਹੈ, ਜਿਹੜਾ ਲੋਹੇ ਦਾ ਤਵਾ ਹੈਗਾ ਨਾ ਉਹਦੇ 'ਚ ਰੋਟੀ ਜਿਹੜੀ ਸੜੂਗੀ ਨਾ ਉਹ ਕੌੜੀ ਹੋ ਜਾਣੀ ਆ, ਅਤੇ ਜਿਹੜੀ ਮਿੱਟੀ ਦੇ ਤਵੇ ਦੀ ਰੋਟੀ ਹੈਗੀ ਨਾ ਉਹਨੂੰ ਪਾਣੀ ਦੇ ਹੱਥ ਲਾ ਕੇ ਨਾ ਸੇਕੋ, ਉਹਦੇ ਉੱਤੇ ਤੰਦੂਰ ਦਾ ਸਵਾਦ ਆਊਗਾ ਅਤੇ ਉਹ ਸੜ ਵੀ ਜਾਊਗੀ ਨਾ, ਮਿੱਠੀ ਮਿੱਠਾ ਸਵਾਦ ਆਊਗਾ ਉਹਦੇ 'ਤੇ। ਅੱਛਾ, ਤਾਂ ਵੀ ਕੜਾ ਪੱਕਦਾ ਕਿਵੇਂ? ਆਖਰ ਆਪਾਂ ਬਣਦੇ ਤਾਂ ਦੇਖੀ ਆ, ਵੀਡੀਓ ਦੇਖ ਲੈਂਦੇ ਵੀ ਹਾਂ ਵੀ ਕੜਾ ਇੱਦਾਂ ਬਣਦਾ, ਇੱਦਾਂ ਡਿਜ਼ਾਇਨ ਪੈਂਦੇ ਨੇ, ਆਖਰ ਪੱਕਦਾ ਕਿਵੇਂ ਕੜਾ, ਕਿੰਨਾ ਸਮਾਂ ਲੱਗਦਾ? ਸਰ ਪੱਕਣ 'ਚ ਆਹ ਤੁਹਾਨੂੰ ਮੈਂ ਦਿਖਾਇਆ ਸੀ ਜੀ, ਅਤੇ ਇਹਦੇ ਵਿੱਚ ਅਸੀਂ ਭੱਠੀ ਦੇ ਵਿੱਚ ਪਕਾਉਂਦੇ ਹੈਗੇ ਹਾਂ, ਅਤੇ ਯਾਨੀ ਕਿ ਬਾਲਣ ਵੀ ਹੁਣ ਇਹਦੇ ਵਿੱਚ ਪੈਂਦਾ, ਪਾਥੀਆਂ ਪੈਂਦੀਆਂ ਹੈਗੀਆਂ ਜੀ, ਅਤੇ ਤਿੰਨ ਤਿੰਨ ਘੜੇ ਲੱਗਦੇ, ਅਤੇ ਇਹਦੇ ਵਿੱਚ ਨੁਕਸਾਨ ਵੀ ਹੋ ਜਾਂਦਾ, ਸਾਨੂੰ ਝੱਲਣਾ ਪੈਂਦਾ ਜੀ। ਅਤੇ ਨੁਕਸਾਨ ਕਿਵੇਂ ਹੁੰਦਾ ਜੀ? ਨੁਕਸਾਨ ਭਾਂਡੇ ਪਾੜ ਜਾਂਦੇ ਸਿਆਲ 'ਚ, ਹੁਣ ਇਹਦੇ ਵਿੱਚ ਅਸੀਂ ਅੱਧੀ ਖੁੱਲ੍ਹੀ ਹੈਗੀ, ਅੱਧੀ 'ਚ ਨੁਕਸਾਨ ਹੋ ਗਿਆ, ਸਾਡਾ ਜੀਵ ਨਹੀਂ ਕਰਨ ਦਿਆ ਖੋਲ੍ਹਣ ਨੂੰ, ਵੀ ਸਰਦੀਆਂ 'ਚ ਨੁਕਸਾਨ ਜ਼ਿਆਦਾ ਹੁੰਦਾ, ਹੁਣ ਉਸੇ ਕਰਕੇ ਅਸੀਂ ਨਾ ਬੱਦਲ ਯਾਨੀ ਕਿ ਧੁੱਪ ਧੁੱਪ ਨਹੀਂ ਹੈਗੀ, ਉਹਦੇ ਕਰਕੇ ਅਸੀਂ ਹੁਣ ਭਾਂਡੇ ਦਾ ਕੰਮ ਛੱਡਣ ਲੱਗੇ, 2-2.5 ਮਹੀਨੇ ਵਿਹਲੇ ਰਹਿਣਾ। ਅੱਛਾ, ਨਹੀਂ ਯਾਰ ਘੁਮਿਆਰ ਦਾ ਰੋਟੀ ਰੋਟੀ ਇਹ ਹੁੰਦਾ ਨਾ ਵੀ ਇਹ, ਬਾਕੀ ਕਿਤੇ ਇਹਨਾਂ ਨੂੰ ਨਾ ਆਉਂਦਾ ਨਹੀਂ, ਜਿੰਨੇ ਇਹਨਾਂ 'ਚ ਕਾਰਾਗਰੀ 'ਚ ਹੱਥ ਸਾਫ਼ ਹੁੰਦਾ, ਘੜੇ ਨੂੰ ਗੋਲ ਕਰਨਾ, ਉਹਦੇ 'ਤੇ ਡਿਜ਼ਾਇਨ ਪਾਉਣਾ, ਠੀਕ ਆ, ਆਮ ਬੰਦਾ ਇਹਨੂੰ ਇਹ ਚੀਜ਼ ਨੂੰ ਕਰ ਨਹੀਂ ਸਕਦਾ, ਪਹਿਲੀ ਗੱਲ ਉਹਨੂੰ ਇੰਨੀ ਕੁ ਜ਼ਿਆਦਾ ਮਿਹਨਤ ਕਰਨੀ ਪਊਗੀ, ਉਹਨੂੰ ਪਤਾ ਨਹੀਂ ਕਿੰਨਾ ਸਮਾਂ ਲੱਗ ਜੂ ਬਣਾਉਂਦੇ ਬਣਾਉਂਦੇ ਇੱਕ ਚੀਜ਼ ਨੂੰ। ਤੁਸੀਂ ਇੱਕ ਘੜਾ ਪਤਾ ਨਹੀਂ ਦਿਹਾੜੀ 'ਚ ਕਿੰਨੇ ਤਰ੍ਹਾਂ ਦੇ ਬਣਾ ਦਿੰਦੇ, ਵੱਖੋ ਵੱਖਰਾ ਡਿਜ਼ਾਇਨ। ਤਾਂ ਜਿਵੇਂ ਤੁਸੀਂ ਕਿਹਾ ਵੀ ਸਿਆਲ ਦੇ ਵਿੱਚ ਸਾਡਾ ਇਹ ਕਾਰੋਬਾਰ ਠੱਪ ਹੋ ਜਾਂਦਾ, ਫਿਰ ਸਿਆਲ ਦੇ ਵਿੱਚ ਜਿਹੜੇ 2-3 ਮਹੀਨੇ ਹੁੰਦੇ, ਧੁੰਦਾ ਬਹੁਤ ਹੁੰਦੀਆਂ ਨੇ, ਠੰਡ ਬਹੁਤ ਹੁੰਦੀ, ਫਿਰ ਉਹ ਗੁਜ਼ਾਰਾ ਘਰਾਂ ਦਾ ਕਿਵੇਂ ਚੱਲਦਾ? ਗੁਜ਼ਾਰਾ ਜੀ ਅਸੀਂ ਤਾਂ ਵੇਖੋ ਜੀ, ਮੈਂ ਜਦ ਜਿੱਦਾਂ ਮੈਂ ਵਾਂ, ਡੈਡੀ ਤਾਂ ਹੁਣ ਕਰ ਨਹੀਂ ਸਕਦੇ, ਮੈਂ ਹੁਣ ਦਿਹਾੜੀ 'ਤੇ ਜਾਊਂਗਾ ਜਾਂ ਫਿਰ ਕੋਈ ਰੇਹੜੀ ਵਗੈਰਾ ਜਾਂ ਸਬਜ਼ੀ ਵਗੈਰਾ ਇੱਦਾਂ ਵੇਚ ਕੇ ਕੋਈ ਗੁਜ਼ਾਰਾ ਕਰਾਂਗੇ, ਯਾਨੀ ਕਿ ਘਰ ਦਾ ਖਰਚਾ ਤਾਂ ਚਲਾਵਾਂਗੇ ਜੀ। ਅਤੇ ਆਰਡਰ ਤਾਂ ਚਲੋ ਹੁੰਦੇ ਹੀ ਆ, ਪਰ ਇਹਨਾਂ 'ਚ ਇਹਨਾਂ ਦਿਨਾਂ 'ਚ ਭਾਂਡੇ ਨਿਕਲਦੇ ਨੇ, ਤਾਂ ਕਰਕੇ ਛੱਡਣਾ ਪੈਂਦਾ ਸਾਨੂੰ ਕੰਮ। ਤਾਂ ਜੇ ਹੁਣ ਤੁਸੀਂ ਆਵੇ ਦੀ ਗੱਲ ਕੀਤੀ ਹੈ ਨਾ, ਵੀ ਤੁਸੀਂ ਪਹਿਲਾਂ 3 ਪਰਾਤਾਂ ਦੀ ਜਿਹੜੀ ਘੜੇ ਲਾਉਂਦੇ ਹੈ ਨਾ, ਹਾਂਜੀ, ਫਿਰ ਇਹਦੇ 'ਚ ਜਿੰਨੀ ਕੁ ਸਪੇਸ ਉਹਨੇ 'ਚ ਘੜੇ ਲਾ ਕੇ, ਹਾਂਜੀ, ਇਹਨੂੰ ਸਾਰੇ ਨੂੰ ਕਵਰ ਕਰਦੇ ਤੁਸੀਂ? ਹਾਂਜੀ, ਇਹਦੇ ਉੱਤੇ ਭਾਂਡੇ ਲਾ ਕੇ ਨਾ, ਫਿਰ ਪਾਥੀਆਂ ਲਾ ਕੇ, ਫਿਰ ਇਹਦੇ ਉੱਤੇ ਬੱਬਰੀ ਲਾਉਂਦੇ, ਬੱਬਰੀ ਲਾ ਕੇ ਪਰਾਲੀ ਲਾਉਂਦੇ, ਪਰਾਲੀ ਲਾ ਕੇ ਸਵਾ ਨਾਲ ਇਹਦੇ ਢੱਕ ਦੇਈਦਾ, ਫਿਰ ਇੱਕ ਪਾਸੇ ਅੱਗ ਤੋਰ ਦੇਈਦੀ ਅਸੀਂ, ਫਿਰ ਪਾਥੀਆਂ ਇਹਦੇ ਵਿੱਚ ਐਡ ਕਰ, ਹਾਂ, ਇਹਦੇ ਵਿੱਚ ਵੀ ਪਾਈ ਜਾਂਦੀ ਆ ਅਤੇ ਸਾਰੇ ਸਾਈਡਾਂ 'ਤੇ ਵੀ ਪਾਈ ਜਾਂਦੀ ਆ, ਅਤੇ ਫਿਰ 3 ਦਿਨਾਂ 'ਚ ਇਹ ਪੱਕ ਜਾਂਦਾ ਜੀ। ਅੱਛਾ, 3 ਦਿਨਾਂ ਦੇ ਵਿੱਚ ਪੱਕ ਜਾਂਦਾ, 4 ਦਿਨਾਂ 'ਚ ਇਹਨੂੰ ਕੱਢ ਲਈਦਾ, ਫਿਰ ਬਾਅਦ 'ਚ ਅੱਗ ਲਾ ਕੇ ਅਤੇ ਇਹਨੂੰ ਘੇਰੇ ਕੇ, ਤਾਂ ਇਹਦਾ ਸੇਕ ਸੂਕ ਬਾਹਰ ਜਾਂਦਾ, ਧੂੰਆਂ ਕਿੰਨਾ ਕੁ ਆਉਂਦਾ? ਧੂੰਆਂ ਤਾਂ ਵੇਖੋ ਜੀ ਹਾਨੀਕਾਰਕ ਤਾਂ ਹੁੰਦਾ ਨਹੀਂ ਆ, ਕਿਉਂ ਪਾਥੀਆਂ ਦਾ ਆਪਾਂ ਪਾਥੀ ਬਾਲ ਕੇ ਵੀ ਘਰਾਂ 'ਚ ਰੱਖਦੇ, ਬਈ ਮੱਛਰ ਮੁੱਛਰ ਨਾ ਆਵੇ, ਇਹੋ ਜਿਹੀ ਹਾਨੀਕਾਰਕ ਵਾਲੀ ਚੀਜ਼ ਨਹੀਂ ਹੈਗੀ। ਨਾਲੇ ਇਹਨੇ 3 ਦਿਨ ਦੇ ਵਿੱਚ ਹੌਲੀ 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 ਹੌਲੀ, ਹਾਂਜੀ ਹਾਂਜੀ, 3 ਦਿਨ 'ਚ ਹੌਲੀ ਹੌਲੀ ਪੱਕ ਕੇ ਸਾਨੂੰ ਪਤਾ ਲੱਗ ਜਾਂਦਾ, ਅੱਗੇ ਉਹ 2 ਛੇਕ ਹੁੰਦੇ ਉਹਦੇ ਨਾਲ ਪਤਾ ਲੱਗ ਜਾਂਦਾ ਵੀ ਸਾਡਾ ਭਾਂਡਾ ਪੱਕ ਚੁੱਕਾ ਜੀ। ਤਾਂ ਇਹ ਮਤਲਬ 3 ਦਿਨਾਂ ਵਿੱਚ ਆਵਾ ਪੱਕ ਕੇ ਤਿਆਰ ਹੁੰਦਾ, ਹਾਂਜੀ, ਅਤੇ ਆਵਾ ਬਣਾਉਣ ਨੂੰ ਕਿੰਨਾ ਸਮਾਂ ਲੱਗਦਾ? ਇਹ ਜੀ 10 ਦਿਨ ਵੀ ਲੱਗ ਜਾਂਦੇ, 12 ਦਿਨ ਵੀ, ਇਹ ਮਾਲ ਦੇ ਹਿਸਾਬ ਨਾਲ, ਜੇ ਵੀ 200 ਬਣਾਉਣਾ 250 ਬਣਾਉਣਾ ਉਹਦੇ ਹਿਸਾਬ ਨਾਲ। ਅੱਛਾ ਵੀ, ਕਈ ਵਾਰ ਨਾ ਆਪਾਂ ਜਦੋਂ ਭਾਂਡਾ ਖਰੀਦਣ ਜਾਂਦੇ ਹਾਂ ਤਾਂ ਜਿਵੇਂ ਆਪਣੇ ਕਹਿ ਲਓ ਵੀ ਥੋੜ੍ਹਾ ਜਿਹਾ ਨੁਕਤਾ ਚੀਨੀ ਬਹੁਤ ਜ਼ਿਆਦਾ ਹੁੰਦੀ, ਖੜਕਾ ਕੇ ਦੇਖਣਾ ਵੀ ਇਹਦੀ ਆਵਾਜ਼ ਨਹੀਂ ਸਹੀ ਹੈ, ਜੇ ਘੜੇ ਦਾ ਰੰਗ ਥੋੜ੍ਹਾ ਜਿਹਾ ਕਹਿ ਲਓ ਵੀ ਲਾਲ ਨਹੀਂ ਹੋਇਆ ਜੀ, ਇਹ ਘੜਾ ਕੱਚਾ ਜੀ, ਇਹ ਪਿੱਲੀ ਇੱਟ ਦਾ ਜਾਂ ਪਿੱਲੀ ਮਿੱਟੀ ਦਾ ਜਿਹਨੂੰ ਕਹਿ ਦਿੰਦੇ ਨੇ, ਤਾਂ ਫਿਰ ਤੁਸੀਂ ਪਹਿਚਾਣ ਕਿਵੇਂ ਕਰਕੇ ਦੱਸਦੇ ਕਸਟਮਰ? ਦੇਖੋ ਜੀ, ਇਹ ਗਾਹਕ 'ਤੇ ਕਹਿ ਦਿੰਦਾ ਕਈ ਵਾਰ ਬਈ ਇਹ ਪਿੱਲਾ ਹੈਗਾ, ਉਹ ਪਿੱਲਾ ਨਹੀਂ ਹੁੰਦਾ, ਉਹਨੂੰ ਆਵਾਜ਼ ਜਦੋਂ ਟਣਕਾਵਾਂਗੇ ਨਾ ਉਹਦੀ ਆਵਾਜ਼ ਆਉਣੀ ਸਹੀ, ਅਤੇ ਉਹ ਪੱਕਾ ਹੁੰਦਾ ਵਾ, ਗਾਹਕ ਕਹਿੰਦਾ ਤਾਂ ਇਹ ਲਾਲ ਨਹੀਂ ਹੈਗਾ। ਵੇਖੋ ਜੀ, ਲਾਲ ਤਾਂ ਅਸੀਂ ਰੰਗ ਪੀਲਾ ਰੰਗ ਫੇਰ ਕੇ ਉਹਨੂੰ ਭੱਠੀ 'ਚ ਪਕਾਉਂਗੇ ਤਾਂ ਉਹ ਲਾਲ ਹੋ ਜਾਣਾ ਵਾ, ਅਤੇ ਉਹ ਜਦੋਂ ਕਈ ਵਾਰ ਨਹੀਂ ਰੰਗ ਲਾਉਂਦੇ ਉਹ ਪੀਲਾ ਹੋਊਗਾ ਪਰ ਪੱਕਿਆ ਪੂਰਾ ਹੋਊਗਾ। ਹਾਂਜੀ, ਅੱਛਾ, ਇਹ ਹੋ ਜਾਂਦਾ ਵੀ ਤੁਸੀਂ ਆ ਹੁਣ ਜਿਵੇਂ ਪਿੱਛੇ ਘੜੇ ਨੂੰ ਖੱਟਾ ਕਲਰ, ਹਾਂ, ਇਹ ਖੱਟਾ ਕਲਰ ਕੀਤਾ ਇਹਦੇ ਕਰਕੇ ਘੜਾ ਜਿਹੜਾ ਲਾਲ ਹੋ ਇਹਦੇ ਨਾਲ ਲਾਲ ਹੋ ਜਾਂਦਾ ਜੇ ਇਹਨੂੰ ਨਾ ਫੇਰਾਂਗੇ ਸਿੰਪਲ ਜਿਵੇਂ ਲਾਗੇ ਘੜਾ। ਹਾਂਜੀ, ਉਹ ਵੇਖੋ ਚਿੱਟਾ ਹੋਇਆ ਨਾ, ਇਹਨੂੰ ਅਸੀਂ ਸਿੱਧਾ ਡਾਇਰੈਕਟ ਪਕਾਵਾਂਗੇ ਨਾ, ਰੰਗ ਲਾਲ ਨਹੀਂ ਹੋਣਾ, ਪਕਾਈ ਪੂਰੀ ਹੋਣੀ। ਅੱਛਾ ਬਈ, ਜਿਵੇਂ ਹੁਣ ਤੁਸੀਂ ਇੰਨੀ ਮਿਹਨਤ ਕਰਦੇ ਹੋ ਨਾ, ਜਿਹੜਾ ਕੱਚਾ ਘੜਾ ਤੁਹਾਡਾ ਜੋ ਟੁੱਟ ਜਾਂਦਾ ਤਿੜਕ ਜਾਂਦਾ, ਹਾਂਜੀ, ਤਾਂ ਫਿਰ ਉਹ ਕਿਹੜੇ ਕੰਮ ਆਉਂਦਾ? ਦੇਖੋ ਜੀ, ਕੱਚਾ ਘੜਾ ਦੇ ਟੁੱਟਿਆ ਮਿੱਟੀ ਫਿਰ ਦੁਬਾਰਾ ਛੰਜ ਹੋਊਗੀ, ਪਰ ਕੱਚਾ ਘੜਾ ਟੁੱਟਦਾ ਨਾ ਜਦੋਂ ਸਾਨੂੰ ਦੁੱਖ ਤੇ ਬੜਾ ਹੁੰਦਾ ਜੇ, ਕਿਉਂ ਬੱਚਾ ਵੀ ਤੋੜ ਦਿੰਦਾ, ਅਸੀਂ ਉਹਦੇ ਵਿੱਚ ਪੇੜ ਮਾਰ ਦਿੰਦੇ ਬਈ ਇਹ ਟੁੱਟਿਆ ਕਿੱਦਾਂ, ਪਰ ਚਲੋ ਠੀਕ ਹੈ, ਉੱਤੇ ਮਿਹਨਤ ਲੱਗੀ ਹੁੰਦੀ ਹੈ, ਲੱਗੀ ਹੁੰਦੀ ਹੈ, ਗੋਲ ਕਰਨਾ ਉਹਨੂੰ ਸੌਖਾ ਨਹੀਂ ਹੁੰਦਾ। ਅੱਛਾ, ਇੱਕ ਘੜਾ ਬਣਾਉਣ ਤੇ ਕਿੰਨਾ ਸਮਾਂ ਲੱਗਦਾ? ਅਸੀਂ ਡੇਲੀ ਦੇ 25-30 ਬਣਾਈਦੇ ਆ। ਹਾਂਜੀ, ਅਤੇ ਉਹਨੂੰ ਪਹਿਲਾਂ ਚੱਕ ਤੋਂ ਲਾਉਂਦੇ ਹਾਂ, ਫਿਰ ਸਵੇਰੇ ਮੈਂ 4 ਵਜੇ ਉੱਠਦਾ ਏ, 4 ਵਜੇ ਉੱਠ ਕੇ ਉਹਨਾਂ ਨੂੰ ਥੱਪਦਾ ਏ, ਥੱਪ ਕੇ ਫਿਰ ਉਹਨਾਂ ਨੂੰ ਫਰਮੇ ਹੁੰਦੇ ਉਹਦੇ ਵਿੱਚ ਰੱਖੀਦਾ, ਫਿਰ ਉਹ ਥੋੜ੍ਹੇ ਬੱਤਰ ਹੋ ਜਾਂਦੇ, ਫਿਰ ਉਹਨਾਂ ਦੇ ਥੱਲੇ ਸੂਤਰ ਕਰੀਦੇ ਆ, ਥੱਲੇ ਸੂਤਰ ਕਰਕੇ ਇੱਦਾਂ ਜਿੱਦਾਂ ਮੋਢੇ ਮਾਰੇ ਨਾ, ਇੱਦਾਂ ਇਹਨਾਂ ਨੂੰ ਕਰ ਦੇਣਾ, ਇਹ ਸੁੱਕ ਗਏ, ਇਹਨਾਂ ਨੂੰ ਪੀਲਾ ਰੰਗ ਮਾਰਨਾ, ਜਿਹੜੀ ਚਾਟੀ
ਉਹਨੂੰ ਬੂਟੇ ਪਾ ਦੇਣੇ ਆ, ਜਿਹੜਾ ਕਾੜਨਾ ਉਹ ਸਿੰਪਲ ਰਹਿ ਜਾਂਦਾ ਹੈ, ਘੜੇ ਨੂੰ ਵੀ ਬੂਟੇ ਪਾ ਦੇਈਦੇ ਆ। ਅੱਛਾ ਜਿਵੇਂ ਆ ਤੁਸੀਂ ਘੜੇ ਦੇ ਵਿੱਚ ਦੇਖਿਓ ਵਾਈਟ ਕਲਰ ਦਾ ਤੇ ਕੋਨੇ ਪਾਏ ਹੁੰਦੇ ਨੇ, ਹਾਂਜੀ, ਤਾਂ ਮੋਸਟਲੀ ਕਹਿੰਦੇ ਵੀ ਇਦਾਂ ਦੇ ਘੜੇ ਬੀਕਾਨੇਰ ਦੇ ਵਿੱਚ ਬਣਦੇ ਨੇ, ਉੱਥੋਂ ਦੇ ਸਪੈਸ਼ਲ ਜਾਂ ਕਹਿ ਲਓ ਵੀ ਰਾਜਸਥਾਨ ਗੁਜਰਾਤ ਚ ਬਣਦੇ, ਤਾਂ ਪੰਜਾਬ ਦੇ ਵਿੱਚ ਤੁਸੀਂ ਵੀ ਆ ਘੜੇ ਤਿਆਰ ਕੀਤੇ ਨੇ, ਹਾਂਜੀ, ਇਹ ਕਿਵੇਂ ਹੁੰਦੇ ਨੇ ਸਾਰਾ ਇਹ? ਕੱਚੇ ਭਾਂਡੇ ਦੇ ਉੱਪਰ ਤੁਸੀਂ ਡਿਜ਼ਾਈਨ? ਹਾਂਜੀ, ਇਹ ਕੱਚੇ ਭਾਂਡੇ ਦੇ ਉੱਤੇ ਹੁੰਦਾ ਜੀ, ਇਹ ਥੋੜਾ ਜਿਹਾ ਫੈਂਸੀ ਤੌਰ ਤੇ ਆ ਜਾਂਦਾ ਤੇ ਗਾਹ ਕਹਿ ਦਿੰਦਾ ਵੀ ਬੀਕਾਨੇਰ ਦੀ ਤੋੜੀ ਲੈਣੀ ਆ, ਤੋੜੀ ਬੀਕਾਨੇਰ ਦੀ ਉਹ ਰੰਗ ਕਰ ਦਿੰਦੇ ਉਹ ਬੀਕਾਨੇਰ ਦੀ ਹੋ ਜਾਂਦੀ ਆ, ਹੁਣ ਅਸੀਂ ਇੱਥੇ ਸਿੰਪਲ ਰੱਖਦੇ ਆ, ਚੀਜ਼ ਉਹੀ ਹੁੰਦੀ, ਮਿੱਟੀ ਉਹੀ ਹੁੰਦੀ। ਬੀਕਾਨੇਰ ਜਿਵੇਂ ਤੁਸੀਂ ਤਾਂ ਇੱਥੋਂ ਦੀ ਮਿੱਟੀ ਦਾ ਫਰਕ ਤਾਂ ਹੈਗਾ, ਜਿਵੇਂ ਉਹ ਸਾਰਾ ਹਾਂ ਫਰਕ ਹੈਗਾ ਜੀ, ਤਾਂ ਫਿਰ ਟੇਸਟ ਜ਼ਿਆਦਾ ਪੰਜਾਬ ਦੀ ਮਿੱਟੀ ਦਾ ਜਾਂ ਬੀਕਾਨੇਰ? ਦੇਖੋ ਜੀ, ਟੇਸਟ ਸੇਮ ਹੀ ਹੈਗਾ ਜੀ, ਪਰ ਗਾਹਕ ਹੁਣ ਪੰਜਾਬ ਦਾ ਵੀ ਪੰਜਾਬ ਆਪਣੇ ਪੰਜਾਬ ਦੀ ਮਿੱਟੀ ਨੂੰ ਪਸੰਦ ਕਰਦਾ ਹੈ, ਬਈ ਪੰਜਾਬ ਦੀ ਮਿੱਟੀ ਹੈਗੀ, ਟੇਸਟ ਉਹੀ ਹੈਗਾ ਸੇਮ। ਜਿਵੇਂ ਇੱਕ ਪੇਂਟ ਕਰ ਦਿੰਦੇ ਨੇ ਅਕਸਰ, ਤਾਂ ਪੇਂਟ ਕੀਤੇ ਆ ਘੜੇ ਦਾ ਟੇਸਟ ਬਦਲਦਾ ਨਹੀਂ ਜਿਵੇਂ ਪਾਣੀ 'ਚ ਠੰਡਾ ਹੋਣਾ? ਨਹੀਂ ਨਹੀਂ, ਇਹ ਨੈਚੁਰਲ ਮਿੱਟੀ ਹੁੰਦੀ ਜਿਹੜੀ ਅਸੀਂ ਕਰਦੇ ਹਾਂ ਨਾ, ਇਹ ਨੈਚੁਰਲ ਇੱਕ ਕਾਲੀ ਮਿੱਟੀ ਹੁੰਦੀ ਆ, ਇੱਕ ਜਿਹੜੀ ਚਿੱਟੀ ਮਿੱਟੀ ਹੁੰਦੀ ਆ ਉਹ ਹੁੰਦੀ ਚਾਕ ਮਿੱਟੀ, ਉਹ ਫਿਰ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਜਿਹੜਾ ਆਪਾਂ ਕਲਰ ਆਪਾਂ ਜਿੱਦਾਂ ਵਾਟਰ ਕੂਲਰ ਹੋ ਗਿਆ ਉਹਨੂੰ ਪੇਂਟ ਕਰਦੇ ਨਾ, ਜਿੱਦਾਂ ਇਨੈਮਲ ਪੇਂਟ ਹੁੰਦਾ ਉਹਨੂੰ ਪੇਂਟ ਕਰਦੇ ਨਾ, ਉਹਦੇ ਨਾਲ ਨੁਕਸਾਨ ਹੁੰਦਾ ਜੀ। ਮਤਲਬ ਸਿੰਪਲ ਘੜਾ ਲੈਣਾ ਚਾਹੀਦਾ? ਸਿੰਪਲ ਘੜਾ ਲੈਣਾ ਚਾਹੀਦਾ, ਉਹ ਗੁਜਰਾਤ ਦੇ ਅੱਜ ਕੱਲ੍ਹ ਆਏ ਆ, ਉਹ ਫੈਂਸੀ ਤਾਂ ਹੈਗੇ ਹੀ ਆ ਪਰ ਨੁਕਸਾਨ ਕਰਦੇ ਆ। ਮੈਂ ਨਾ ਇੱਥੇ ਇੱਕ ਕੈਮਰਾ ਮੈਨੂੰ ਕਹਾਂਗੇ, ਹਾਂਜੀ, ਪਿੱਛੇ ਮਾਤਾ ਬਣਾ ਰਹੇ ਹਾਂ, ਉਹ ਗੋਲ ਕਰ ਰਹੇ ਨੇ ਘੜੇ, ਤਾਂ ਉਹ ਤਸਵੀਰ ਜ਼ਰੂਰ ਦਿਖਾਈ ਜਾ। ਚੱਕ ਤੋਂ ਅਸੀਂ ਲਾ ਕੇ ਵੇਖੋ ਜੀ, ਇੱਦਾਂ ਰੱਖਿਆ ਜੀ, ਤੇ ਹੁਣ ਇਹਨੂੰ ਅਸੀਂ ਥੋੜਾ ਥੋੜਾ ਤੋੜ ਕੇ ਕਰੜੀ ਹੁੰਦੀ ਆ, ਜਿੱਥੇ ਤੋੜ ਕੇ ਇਹਨੂੰ ਫਿਰ ਇਹਨੇ ਸੂਤਰ ਅੰਦਰ ਥੱਲਾ ਸੂਤਰ ਹੋਣਾ ਜੀ, ਮਿਹਨਤ ਤੇ ਹੈਗੀ ਜੀ, ਪਤਾ ਨੀ ਘੜਾ ਕਿੰਨੀ ਵਾਰ ਹੱਥ ਚੋਂ ਨਿਕਲਦਾ ਜੀ। ਤਾਂ ਲੋਕ ਰੇਟ ਭਰਦੇ ਨੇ ਇਹਨਾਂ ਦਾ? ਦੇਖੋ ਜੀ, ਪਹਿਲਾਂ ਤੇ ਭਰਦੇ ਨੀ ਸੀ, ਹੁਣ ਪੜ੍ਹੇ ਲਿਖੇ ਹੋ ਗਏ ਸਾਰੇ, ਹੁਣ ਜਾਣੀ ਕਿ ਮਿਹਨਤ ਦਾ ਫਲ ਸਾਨੂੰ ਦਿੰਦੇ ਆ, ਹੁਣ ਦਿੰਦੇ ਹੈਗੇ ਆ, ਪਹਿਲਾਂ ਨਹੀਂ ਦਿੰਦੇ ਸੀ ਸਮੇਂ। ਹੁਣ ਅੱਛਾ ਯਾਰ, ਮਾਤਾ ਦਾ ਇੱਕ ਕੰਮ ਤੁਸੀਂ ਜ਼ਰੂਰ ਸਫਾਈ ਨਾਲ ਦੇਖ ਸਕਦੇ, ਪਹਿਲਾਂ ਘੜਾ ਕਿਵੇਂ ਦਾ ਸੀ, ਹੁਣ ਉਹਦਾ ਥੱਲਾ ਹੁੰਦਾ ਉਹ ਕੰਪਲੀਟ ਹੋ ਰਿਹਾ, ਤਾਂ ਉਹ ਜਿਹੜਾ ਥੱਲੋਂ ਜਦੋਂ ਲਾਇਆ ਸੀ ਬਾਈ ਹੁਣਾਂ ਨੇ ਦਿਖਾਇਆ ਸੀ ਵੀ ਉਹ ਥੋੜ੍ਹਾ ਜਿਹਾ ਜਦੋਂ ਉਹਦੇ ਤੋਂ ਲਾਉਂਦੇ, ਬਾਈ ਕੀ ਕਹਿੰਦੇ ਉਹਨੂੰ ਜਿੱਦ ਤੋਂ ਲਾਉਂਦੇ ਨੇ? ਇਹ ਚੱਕ ਹੈਗਾ ਜੀ, ਅੱਛਾ ਚੱਕ, ਹਾਂਜੀ, ਹੁਣ ਗੱਲ ਕਰੀਏ ਆਪਾਂ ਘੜੇ ਦੇ ਬੇਸ ਦੀ, ਆਖਰ ਮਿੱਟੀ ਕਿਵੇਂ ਤਿਆਰ ਹੁੰਦੀ ਹੈ? ਤਾਂ ਪਹਿਲਾਂ ਮਿੱਟੀ ਨੂੰ ਲਿਆ ਜਾਂਦਾ ਜੀ, ਔਰ ਮਿੱਟੀ ਨੂੰ ਡੰਡਿਆਂ ਦੇ ਨਾਲ ਬਰੀਕ ਕੀਤਾ ਜਾਂਦਾ, ਬਰੀਕ ਕਰਨ ਤੋਂ ਬਾਅਦ ਤੁਸੀਂ ਇੱਧਰ ਦੇਖ ਸਕਦੇ ਹੋ ਵੀ ਇਹਦੇ 'ਚ ਮਿੱਟੀ ਪਾਈ ਜਾਂਦੀ ਹੈ, ਪਹਿਲਾਂ ਇਹ ਪਾਸੇ ਹੁੰਦੀ ਹੈ, ਇਹਦੇ ਤੋਂ ਬਾਅਦ ਮਿੱਟੀ ਆ ਘੜਾ ਜਿਹੜਾ ਭਰਿਆ ਜਾਂਦਾ ਜੀ, ਇਸ ਤੋਂ ਬਾਅਦ ਜਿਹੜਾ ਮਿੱਟੀ ਇਹਦੇ ਵਿੱਚ ਰੱਖ ਕੇ ਅਤੇ ਛਾਣੀ ਜਾਂਦੀ ਆ ਛਾਣਨੀ ਦੇ ਨਾਲ, ਤਾਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ। ਸੋ ਆਓ ਲੈ ਚੱਲਦੇ ਹਾਂ ਬਾਈ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਨੇ ਜੀ? ਠੀਕ ਠਾਕ ਮਹਾਰਾਜ, ਠੀਕ ਠਾਕ। ਹੋਰ ਭਾਅ ਜੀ, ਸਿਸਟਮ ਜਿਵੇਂ ਘੜੇ ਦੀ ਬੇਸ ਦੀ ਆਪਾਂ ਗੱਲ ਕਰੀਏ, ਹੈ ਨਾ, ਤਾਂ ਤੁਸੀਂ ਪਹਿਲਾਂ ਮਿੱਟੀ ਦਾ ਕਿਵੇਂ ਪ੍ਰੋਸੀਜਰ ਸਟਾਰਟ ਕਰਦੇ ਹੋ, ਔਰ ਉਸ ਤੋਂ ਬਾਅਦ ਘੜਾ ਤਿਆਰ ਕਿਵੇਂ ਹੁੰਦਾ, ਉਹਦਾ ਬੇਸ ਕਿਵੇਂ ਤਿਆਰ? ਉਹ ਭਾਅ ਜੀ, ਜਿਵੇਂ ਆਹ ਮਿੱਟੀ ਹੈ ਨਾ, ਆਹ ਢੇਲੇ ਪਏ ਜਿਹੜੇ, ਇਸ ਮਿੱਟੀ ਨੂੰ ਬਰੀਕ ਕਰਕੇ, ਬਰੀਕ ਕਰ ਲੈਣੀ, ਬਰੀਕ ਕਰਨ ਤੋਂ ਬਾਅਦ ਇਹਨੂੰ ਇਹ ਟੋਇਆ ਵਾ ਜਿਹੜਾ, ਇਹਨੂੰ ਪਾਣੀ ਦਾ ਭਰ ਕੇ ਉਹ ਜਿਹੜੀ ਮਿੱਟੀ ਆ ਇਹਦੇ ਵਿੱਚ ਸੁੱਟ ਦੇ ਦੀ ਆਪਾਂ, ਜਦੋਂ ਵੇਖਿਆ ਮਿੱਟੀ ਸਾਰੀ ਗਲ ਗਈ ਆ, ਮਿਕਸ ਹੋ ਗਈ ਆ, ਉਹਦੇ ਵਿੱਚ ਇਹਦੇ ਵਿੱਚ ਆਹ ਵੜਨਾ ਪੈਂਦਾ ਮਿੱਟੀ ਨੂੰ, ਮਤਲਬ ਪੈਰਾਂ ਨਾਲ ਗੋਣਾ ਪੈਂਦਾ, ਹਾਂ ਚੰਗੀ ਤਰ੍ਹਾਂ ਗਾਹ ਕੇ ਉਹਨੂੰ, ਅਤੇ ਫਿਰ ਆਹ ਜਿੱਦਾਂ ਆਪਾਂ ਪੁਣੀ ਹੋਈ ਮਿੱਟੀ ਆ ਦਿਖਾਈ ਆ, ਇਹਦੇ ਵਿੱਚ ਆਹ ਕਿਆਰੀਆਂ ਬਣੀਆਂ ਛੁੱਟੀਆਂ, ਇਹਨਾਂ ਕਿਆਰੀਆਂ ਦੇ ਵਿੱਚ ਇਹਨੂੰ ਛਾਣ ਲਈਦਾ ਵਾ। ਅੱਛਾ, ਉਹ ਛਾਣਨੀ ਦੇ ਨਾਲ ਸਾਹਮਣੇ, ਉਹ ਸਾਹਮਣੇ ਜਿਹੜਾ ਛਾਣਨੀ ਪਈ ਨਾ, ਉਹਦੇ ਨਾਲ ਇੱਧਰ ਛਾਣਤੀ ਆ, ਫਿਰ ਦੋ ਦਿਨਾਂ ਬਾਅਦ ਆਹ ਮਿੱਟੀ ਜਿਹੜੀ ਆ ਤਾਜ਼ਾ, ਹੁਣੇ ਆਪਾਂ ਛਾਣ ਕੇ ਹਟੇ ਹਾਂ, ਦੋ ਦਿਨਾਂ ਬਾਅਦ ਆਹ ਚੀਜ਼ ਬਣ ਜਾਣੀ ਜੀ, ਇਸ ਜਿੱਦਾਂ ਆਈਸਕ੍ਰੀਮ ਵਰਗੀ, ਆਈਸਕ੍ਰੀਮ ਵਰਗੀ, ਹਾਂਜੀ। ਅੱਛਾ, ਉਸ ਤੋਂ ਬਾਅਦ ਫਿਰ ਇਹਨੂੰ, ਉਸ ਤੋਂ ਬਾਅਦ ਫਿਰ ਇਹੋ ਮਿੱਟੀ ਇਹਨਾਂ ਕਿਆਰੀਆਂ 'ਚੋਂ ਕੱਢ ਕੇ ਨਾ ਆਪਾਂ ਛੋਟੇ ਛੋਟੇ ਪੀਸ ਕਰਕੇ, ਅਤੇ
ਮਤਲਬ ਖੋਏ ਵਾਂਗੂ ਪੀਸ ਕੱਟ ਕੇ ਤੇ ਬਿਲਕੁਲ ਹਾਂ ਇਹ ਇਸ ਟਾਈਮ ਪੂਰਾ ਖੋਆ ਬਣਿਆ ਵਾ ਬਿਲਕੁਲ ਖੋਏ ਵਾਲਾ ਹਿਸਾਬ ਆ ਅੱਛਾ ਬਿਲਕੁਲ ਨਰਮ ਹੋ ਗਈ ਹਾਂ ਬਿਲਕੁਲ ਹਾਂਜੀ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਜਿੱਦਾਂ ਇਹਨੂੰ ਆਪਾਂ ਹੱਥਾਂ ਨਾਲ ਜਾਂ ਉਹ ਮਸ਼ੀਨ ਵਿੱਚੋਂ ਕੱਢ ਕੇ ਉਹਨੇ ਮਸ਼ੀਨੇ ਨੂੰ ਕਰ ਦੇਣਾ ਬਿਲਕੁਲ ਮਿਕਸ ਕਰ ਦੇਣਾ ਵਾ ਕੱਢਣ ਤੋਂ ਬਾਅਦ ਜਿਹੜਾ ਆਹ ਆਪਣਾ ਚੱਕ ਆ ਇੱਥੇ ਮੈਂ ਥੋੜ੍ਹੀ ਜਿਹੀ ਮਾਫ਼ੀ ਚਾਹੂੰਗਾ ਕਿ ਅੱਜ ਇੱਥੇ ਕੱਟ ਲੱਗਾ ਹੋਈ ਅਤੇ ਕੱਟ ਲੱਗੇ ਹੋਣ ਕਰਕੇ ਜਿਹੜਾ ਉਹ ਤੁਹਾਨੂੰ ਅਸੀਂ ਪੂਰਾ ਇਹ ਚਲਾ ਕੇ ਨਹੀਂ ਦਿਖਾ ਸਕੇ ਨਹੀਂ ਤਾਂ ਕੋਸ਼ਿਸ਼ ਪੂਰੀ ਸੀ ਵੀ ਅੱਛਾ ਬਈ ਇੱਦਾਂ ਰੱਖ ਦਿੱਤਾ ਨਹੀਂ ਉਹ ਮਿੱਟੋ ਮਿੱਟੀ ਹੁੰਦੀ ਨਾ ਮਿੱਟੀ ਰੱਖ ਕੇ ਤਾਂ ਆਹ ਚੀਜ਼ ਇਹਦੇ ਉੱਤੇ ਬਰਤਨ ਇੱਥੇ ਬਣਦਾ ਵਾ ਘੜਾ ਲਾ ਲਓ ਕੋਈ ਵੀ ਤੁਸੀਂ ਵਰਾਇਟੀ ਲਾ ਲਓ ਜਿੱਦਾਂ ਪੰਛੀਆਂ ਦੇ ਪਿਆਲੇ ਹੋ ਗਏ ਹੁਣ ਉਹ ਜਿੱਦਾਂ ਪੰਛੀਆਂ ਦੇ ਬਣੇ ਹੋਏ ਆ ਇਹ ਮਤਲਬ ਪਾਣੀ ਪੀਣ ਵਾਸਤੇ ਸਰ ਦਿਖਾਈ ਇੱਕ ਪੀਸ ਪਿਆਲਣਾ ਟੈਪ ਕਹ ਲਓ ਪਿਆਲਣਾ ਟੈਪ ਹਾਂਜੀ ਜਾਂ ਪਾਣੀ ਲਈ ਉਹਨਾਂ ਚੋਗਾ ਪਾਉਣ ਲਈ ਹਾਂ ਜਿੱਦਾਂ ਆਹ ਚੀਜ਼ ਆ ਨਾ ਦੀਵਾਰ ਤੇ ਨੂੰ ਮੰਨ ਲਓ ਆਹ ਦੀਵਾਰ ਆ ਦੀਵਾਰ ਤੇ ਨੂੰ ਇਦਾਂ ਰੱਖ ਦੇਣਾ ਰੱਖ ਦੇਈਦਾ ਦੋਵੇਂ ਗੇਟ ਦੇ ਗੇਟ ਮੰਨ ਲਓ ਵਿੱਚ ਆ ਦੋਵੇਂ ਪਾਸੇ ਇਹਨੂੰ ਢੱਕ ਦੇਈਦਾ ਪਾਣੀ ਦਾ ਭਰ ਕੇ ਪੰਛੀ ਜਿਹੜੇ ਆ ਇਸ ਚੀਜ਼ ਦੇ ਥਣੀ ਪਾਣੀ ਪੀਂਦੇ ਰਹਿੰਦੇ ਆ ਮਤਲਬ ਵਿੱਚ ਵੀ ਨਹੀਂ ਵਿੱਚ ਤਾਂ ਢੱਕ ਦੇਈਦਾ ਚੱਪਣੀ ਨਾਲ ਘੱਟਾ ਮਿੱਟੀ ਪੱਤੇ ਪੁੱਤੇ ਨਾ ਪੈਣ ਹੋ ਆਪ ਨਾ ਵਿੱਚ ਡਿੱਗ ਜਾ ਆਪ ਨਾ ਡਿੱਗਣ ਵਿੱਚ ਹਾਂਜੀ ਅੱਛਾ ਬਈ ਇਸੇ ਚੀਜ਼ ਦੇ ਉੱਪਰ ਜਿਵੇਂ ਹੁਣ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਹਾਂ ਹਾਂ ਹੁਣ ਵੱਡੀ ਚੀਜ਼ ਤਾਂ ਚਲੋ ਆਪਾਂ ਲਾ ਲੈਣੇ ਕਿ ਬੰਦਾ ਖੁੱਲੇ ਦਿਲ ਨਾਲ ਬਣਾ ਲੈਂਦਾ ਪਰ ਛੋਟੀ ਜੀ ਤਾਂ ਬਰੀਕੀ ਬਹੁਤ ਹੁੰਦੀ ਜਿਵੇਂ ਉਹਨਾਂ ਦੇ ਡਿਜ਼ਾਈਨ ਕੀਤੇ ਹੋਏ ਫਿਰ ਸਾਰਾ ਕੁਝ ਕਿਵੇਂ ਕਰਦੇ ਡਿਜ਼ਾਈਨ ਤੁਸੀਂ ਉਹ ਜੇ ਸਾਰੀ ਚੀਜ਼ ਬਣਦੀ ਨਾ ਉਹ ਇਸੇ ਚੀਜ਼ ਤੇ ਬਣਦੀ ਆ ਉਹ ਜਿਹੜਾ ਡਿਜ਼ਾਈਨਿੰਗ ਡਿਜ਼ਾਈਨਿੰਗ ਜੋ ਵੀ ਆ ਸਾਰਾ ਸਿਸਟਮ ਹੀ ਇੱਥੇ ਬਣਦਾ ਵਾ ਬਾਕੀ ਹਾਂ ਉਹ ਬਾਕੀ ਆਪਣੀ ਕਲਾਕਾਰੀ ਆ ਜਿਹੜਾ ਡਿਜ਼ਾਈਨਿੰਗ ਆ ਆਹ ਦੇਖੋ ਨਾ ਜਿੱਦਾਂ ਆਹ ਬਰੀਕੀ ਡਿਜ਼ਾਈਨ ਹੈ ਨਾ ਇਹ ਗੱਲਾਂ ਵਾ ਜਿਵੇਂ ਆਹ ਆਹ ਚੈਨ ਦਿੱਤੀ ਹੋਈ ਆ ਆੜੀ ਚੈਨ ਵਾਸਤੇ ਸਾਡੇ ਕੋਲ ਮਣਕਿਆ ਗਰਾਰੀ ਜੀ ਹੁੰਦੀ ਆ ਉਹ ਜਿੱਦਾਂ ਇਹ ਘੁੰਮਦੀ ਰਹਿੰਦੀ ਐਂ ਕਰਕੇ ਉਹ ਗਰਾਰੀ ਇੱਦਾਂ ਲਾ ਦੇਈਦੀ ਆ ਜਿੱਦਾਂ ਇਹਨੇ ਘੁੰਮੀ ਜਾਣਾ ਆਹ ਚੀਜ਼ ਨਾਲ ਹੀ ਬਣ ਜਾਣੀ ਆ ਅੱਛਾ ਹਾਂਜੀ ਕਿਆ ਬਾਤ ਹੈ ਤਾਂ ਬਈ ਜਿਵੇਂ ਹੁਣ ਤੁਹਾਡੇ ਝਾਵੇਂ ਦੀ ਖਾਸੀਅਤ ਆ ਹਾਂਜੀ ਮੈਨੂੰ ਇੱਕ ਵਾਰ ਆਮ ਲੋਕ ਕਹਿ ਦਿੰਦੇ ਨੇ ਪੈਰ ਕੂਚਣ ਨਾਲ ਉਹ ਬਣਦਾ ਕਿਵੇਂ ਤਾਂ ਮੈਨੂੰ ਉਹ ਮੈਂ ਤੁਹਾਨੂੰ ਦਿਖਾਉਂ ਇੱਕ ਵਾਰ ਉਹ ਵੀ ਜ਼ਰੂਰ ਦਿਖਾਓ ਵੀ ਉਹ ਆਖਰ ਕਿਵੇਂ ਤਿਆਰ ਹੁੰਦਾ ਉਹ ਕੀ ਚੀਜ਼ ਆ ਅਕਸਰ ਦੇਖਦੇ ਵੀ ਉਹ ਖਰਵਰ ਆ ਜਾ ਹੁੰਦਾ ਹਾਂਜੀ ਤਾਂ ਉਹ ਕਿਵੇਂ ਹੁੰਦਾ ਦੇਖੋ ਜੀ ਆਹ ਜਿਹੜਾ ਆ ਜਿਹੜਾ ਗੌਰ ਨਾਲ ਦੇਖਿਓ ਆਹ ਜਿਹੜੀ ਚੀਜ਼ ਆ ਇਹ ਬਾਜਰਾ ਤੇ ਚੌਲਾਂ ਦੀ ਕਣੀ ਦਾ ਮਿਕਸ ਆ ਠੀਕ ਹੈ ਨਾ ਜਦੋਂ ਆਪਾਂ ਗਿੱਲੇ ਸੰਚੇ ਦੇ ਵਿੱਚ ਲਾ ਕੇ ਨਾ ਮਿੱਟੀ ਨੂੰ ਆਹ ਦੇਖੋ ਆਹ ਚੀਜ਼ ਆ ਬਾਜਰਾ ਤੇ ਚੌਲਾਂ ਦੀ ਕਣੀ ਜਦੋਂ ਆਪਾਂ ਮੰਨ ਲਓ ਥੱਲੇ ਬਾਜਰਾ ਘਰਾ ਕਰਤਾ ਤੇ ਜਿਹੜਾ ਸੰਚੇ ਦੇ ਵਿੱਚ ਆ ਗਿੱਲੀ ਮਿੱਟੀ ਆ ਨਾ ਉਹਨੂੰ ਜ਼ੋਰ ਦੀ ਇਸ ਤਰ੍ਹਾਂ ਜਿਵੇਂ ਇੱਟ ਹਾਂ ਜਿੱਦਾਂ ਇੱਟ ਵਾਲਾ ਹਿਸਾਬ ਆ ਤੇ ਜਿੰਨਾ ਕੁ ਬਾਜਰਾ ਹੁੰਦਾ ਨਾ ਉਹ ਸਾਰਾ ਇਹਦੇ ਵਿੱਚ ਖੁੱਭ ਜਾਏਗਾ ਤੇ ਖੁੱਭਣ ਤੋਂ ਬਾਅਦ ਹੁਣ ਇਹ ਮੰਨ ਲਓ ਨਿਕਲ ਤਾਂ ਨਹੀਂ ਸਕਦਾ ਸਾਰਾ ਤਾਂ ਨਹੀਂ ਨਿਕਲ ਸਕਦਾ ਜਦੋਂ ਭੱਠੀ ਦੇ ਵਿੱਚ ਪਕਾਈਦਾ ਨਾ ਆਹ ਜਿਹੜਾ ਬਾਜਰਾ ਤੇ ਚੌਲਾਂ ਦੀ ਕਣੀ ਇਹ ਸੜ ਕੇ ਨਿਕਲ ਸੜ ਜਾਂਦੀ ਤੇ ਜਿਹੜੇ ਸੁਰਾਗ ਆ ਉਹ ਆਟੋਮੈਟਿਕਲੀ ਬਣ ਜਾਂਦੇ ਆ ਸੋ ਬਿਲਕੁਲ ਜੀ ਹਾਂਜੀ ਸੋ ਬਈ ਕੋਸ਼ਿਸ਼ ਕੀਤੀ ਸੀ ਤੁਹਾਡੇ ਨਾਲ ਇੱਕ ਚੀਜ਼ ਸਾਂਝੀ ਕਰਦੀ ਔਰ ਇੱਕ ਛੋਟੀ ਜਿਹੀ ਚੀਜ਼ ਆ ਮੈਂ ਜਾਂਦੇ ਜਾਂਦੇ ਉਹ ਥੋੜ੍ਹੇ ਸਮੇਂ 'ਚ ਜ਼ਰੂਰ ਕਲੀਅਰ ਕਰੂੰਗਾ ਤਾਂ ਇੱਥੇ ਨਾ ਬਾਈ ਹੁਣ ਦੇ ਜਿਵੇਂ ਪੁਰਾਣੇ ਚੱਕੀ ਹੁੰਦੀ ਆ ਨਾ ਜਿਵੇਂ ਪੁਰਾਣੇ ਬਾਈ ਹੁਣਾਂ ਨੇ ਕਿਹਾ ਵੀ ਜਿਹਦੇ ਚੀਜ਼ ਤਿਆਰ ਕਰਦੇ ਨੇ ਉਹਦਾ ਬੇਸ ਪੁਰਾਣੇ 1987 ਮਾਡਲ ਦਾ ਪਿਆ ਹੋਇਆ ਤਾਂ ਉਹ ਵੀ ਤੁਹਾਡੇ ਨਾਲ ਤਸਵੀਰਾਂ ਦੇ ਵਿੱਚ ਸਾਂਝੀਆਂ ਕਰਾਂਗੇ ਵੀ ਆਖਰ ਉਹ ਕਿੰਨਾ ਮਜ਼ਬੂਤ ਸੀ ਪਹਿਲੇ ਲੋਕਾਂ ਦੇ ਬਾਹਾਂ ਦੇ ਵਿੱਚ ਵੀ ਕਿੰਨਾ ਜ਼ੋਰ ਹੁੰਦਾ ਸੀ ਜਿਹਦੇ ਉਹ ਘੁਮਾਉਂਦੇ ਹੁੰਦੇ ਸੀ ਔਰ ਉਸ ਤੋਂ ਬਾਅਦ ਘੁਮਾਉਣ ਤੋਂ ਬਾਅਦ ਫਿਰ ਉਹੀ ਹੱਥਾਂ ਦੇ ਨਾਲ ਜਿਹੜਾ ਉਹ ਘੜਾ ਜਾਂ ਇਹਦੇ ਨਾਲ ਮਿੱਟੀ ਦੀਆਂ ਚੀਜ਼ਾਂ ਤਿਆਰ ਕਰਦੇ ਹੁੰਦੇ ਸੀ ਸੋ ਆਸ ਕਰ ਰਹੇ ਤੁਹਾਡੇ ਨਾਲ ਅੱਜ ਦੀ ਗੱਲਬਾਤ ਜਿਹੜੀ ਕੀਤੀ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਔਰ ਚੰਗੀ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਸੀ ਵੀ ਮਿੱਟੀ ਦੇ ਭਾਂਡੇ ਜਿਹੜੇ ਯੂਜ਼ ਕਰੋ ਸੋ ਆਸ ਕਰਾਂਗੇ ਵੀਡੀਓ ਤੁਸੀਂ ਆਟੋਮੈਟਿਕ ਹੀ ਸ਼ੇਅਰ ਕਰੋਗੇ ਔਰ ਲਾਈਕ ਕਰਕੇ ਕਮੈਂਟ ਕਰਕੇ ਸਾਨੂੰ ਦੱਸੋਗੇ ਵੀ ਕਿਵੇਂ ਦੀ ਵੀਡੀਓ ਲੱਗੀ ਔਰ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਸਾਰਿਆਂ ਦਾ ਧੰਨਵਾਦ